ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦੇ ਹੀ ਬਨਨ ਜਾ ਰਹੇ ਆ ਪਟਿਆਲਾ ਸ਼ਾਈ ਪੱਗ ਇਹ ਕਪੜਾ 6 ਮੀਟਰ ਹੈ ਤੇ ਹਰੂਬੀਆ ਵਾਲਾ ਅਸੀਂ ਆਪਣੇ ਪਹਿਲੇ ਪੇਚ ਨੂੰ ਬਿਲਕੁਲ ਸਹੀ ਤਰੀਕੇ ਨਾਲ ਸਾਫ਼ ਕਰਨਾ ਹੈ ਤੇ ਇਸ ਨਾਲ ਆਪਣੀ ਅੱਧੀ ਅੱਖ ਤੇ ਪੂਰਾ ਪਰਵੱਟਾ ਢੱਕਣਾ ਹੈ ਤਾਂ ਜੋ ਇਹ ਲੜ ਉੱਪਰ ਨੂੰ ਨਾ ਕਿਸਕੇ ਇਸ ਲੜ ਨੂੰ ਪੂਰਾ ਸਾਫ਼ ਕਰਕੇ ਪਿੱਛੇ ਤੱਕ ਸਾਫ਼ ਕਰਨਾ ਹੈ ਤਾਂ ਜੋ ਪੱਗ ਵਿੱਚ ਪੂਰੀ ਸਫਾਈ ਆ ਸਕੇ ਅਸੀਂ ਇਸ ਪੱਲੇ ਨੂੰ ਪਿੱਛੋਂ ਹਲਕਾ ਜਿਹਾ ਪਿੰਚ ਕਰਨਾ ਹੈ ਤੇ ਪੂਰੀ ਸਫਾਈ ਨਾਲ ਲੈ ਕੇ ਆਉਣਾ ਹੈ ਬੰਦ ਵਾਲਾ ਪਾਸਾ ਉੱਪਰ ਰੱਖਣਾ ਹੈ ਤੇ ਖੁੱਲਾ ਵਾਲਾ ਪਾਸਾ نیچے ਰੱਖਣਾ ਹੈ ਤੇ ਖੁੱਲੇ ਵਾਲੇ ਪਾਸੇ ਨੂੰ ਹਲਕਾ ਜਿਹਾ نیچے ਨੂੰ ਖਿੱਚਣਾ ਹੈ ਤਾਂ ਜੋ ਕੋਈ ਵਟ ਨਾ ਰਹਿ ਸਕੇ ਤੇ ਇਸ ਪੇਜ ਨੂੰ ਹਲਕਾ ਜਿਹਾ ਪਿੰਚ ਕਰਨਾ ਹੈ ਥੱਲੋਂ ਵੀ ਪਿੰਚ ਕਰਨਾ ਹੈ ਤੋਂ ਉੱਤੋਂ ਵੀ ਪਿੰਚ ਕਰਨਾ ਹੈ ਤਾਂ ਜੋ ਸਾਡੀ ਪੱਗ ਉੱਪਰ ਨੂੰ ਨਾ ਸਕੇ ਤੇ ਸਾਫ਼ ਬਚੇ ਤੇ ਇਸ ਲੜ ਨੂੰ ਵੀ ਪਹਿਲੇ ਲੜ ਤੋਂ ਥੋੜਾ ਜਿਹਾ ਉੱਪਰ ਰੱਖ ਦੇਣਾ ਹੈ ਤੇ ਪੂਰੀ ਸਫਾਈ ਨਾਲ ਪਿੱਛੋਂ ਤੱਕ ਸਾਫ਼ ਕਰਕੇ ਰੱਖਣਾ ਹੈ ਸਫਾਈ ਕਰਨ ਲਈ ਅਸੀਂ ਸਲਾਈ ਦੀ ਮਦਦ ਵੀ ਲੈ ਸਕਦੇ ਹਾਂ ਹੁਣ ਅਸੀਂ ਪਿੱਛੋਂ ਲੜ ਨੂੰ ਹਲਕਾ ਜਿਹਾ ਪਿੰਚ ਕਰਨਾ ਹੈ ਤੇ ਪਹਿਲੇ ਲੜ ਤੋਂ ਥੋੜਾ ਜਿਹਾ ਥੱਲੇ ਇਸ ਲੜ ਨੂੰ ਵੀ ਟਿਕਾ ਦੇਣਾ ਹੈ ਬੰਦ ਵਾਲਾ ਪਾਸਾ ਉੱਪਰ ਰੱਖਣਾ ਹੈ ਤੇ ਖੁੱਲਾ ਵਾਲਾ ਪਾਸਾ نیچے ਰੱਖਣਾ ਹੈ ਤੇ ਥੱਲੇ ਵਾਲੇ ਪਾਸੇ ਨੂੰ ਹਲਕਾ ਜਿਹਾ نیچے ਨੂੰ ਖਿੱਚ ਦੇਣਾ ਹੈ ਤਾਂ ਜੋ ਸਾਡੀ ਪੱਗ ਸਫਾਈ ਆ ਸਕੇ ਤੇ ਵਟ ਨਾ ਵੀ ਲੈ ਸਕੇ ਤੇ ਇਸ ਪੱਲੇ ਨੂੰ ਵੀ ਹਲਕਾ ਜਿਹਾ ਪਿੰਚ ਕਰਨਾ ਹੈ ਉੱਪਰੋਂ ਵੀ ਪਿੰਚ ਕਰਨਾ ਹੈ ਤੇ ਥੱਲੇ ਵੀ ਪਿੰਚ ਕਰਨਾ ਹੈ ਤੇ ਇਸ ਪੱਲੇ ਨੂੰ ਵੀ ਪੂਰੀ ਸਫਾਈ ਨਾਲ ਪਹਿਲੇ ਪੱਲੇ ਤੋਂ ਥੋੜਾ ਜਿਹਾ ਉੱਪਰ ਰੱਖ ਕੇ ਦੇਣਾ ਹੈ ਤੇ ਪੂਰੀ ਸਫਾਈ ਨਾਲ ਪਿਛੋਂ ਤੱਕ ਇਹ ਪੱਲੇ ਨੂੰ ਸਹੀ ਕਰਨਾ ਹੈ ਸਲਾਈ ਦੀ ਮਦਦ ਨਾਲ ਇਸ ਪੱਲੇ ਨੂੰ ਵੀ ਪੂਰਾ ਸਾਫ਼ ਕਰ ਲੈਣਾ ਹੈ ਜਿਹੜਾ ਸਾਡਾ ਪੱਲਾ ਥੋੜਾ ਜਿਹਾ نیچے ਸੀਗਾ ਅਸੀਂ ਇਸ ਨਾਲ ਉਸ ਡਿਸਟੈਂਸ ਨੂੰ ਵੀ ਪੂਰਾ ਕਵਰ ਕਰ ਲਿਆ ਤੇ ਇਹ ਪੇਚਨ ਬਰਾਬਰੀ ਵਿੱਚ ਹੋ ਗਏ ਹਨ ਅਸੀਂ ਪਿੱਛੇ ਫਿਰ ਹਲਕਾ ਜਿਹਾ ਪਿੰਚ ਕਰਨਾ ਹੈ ਤੇ ਇਸ ਪੱਲੇ ਨੂੰ ਵੀ ਪਿੱਛੇ ਪੱਲੇ ਤੋਂ ਥੋੜਾ ਜਿਹਾ نیچے ਰੱਖ ਦੇਣਾ ਹੈ ਬੰਦ ਵਾਲਾ ਪਾਸਾ ਉੱਪਰ ਰੱਖਣਾ ਹੈ ਤੇ ਖੁੱਲਾ ਵਾਲਾ ਪਾਸਾ نیچے ਰੱਖਣਾ ਹੈ ਤੇ ਉਪਰੋਂ ਉਹ ਹੱਥ ਫੇਰ ਕੇ ਪੂਰੀ ਸਫਾਈ ਲੈ ਕੇ ਆਣੀ ਹੈ ਤੇ ਹਲਕਾ ਜਿਹਾ ਲੜ ਨੂੰ ਥੱਲੇ ਨੂੰ ਖਿੱਚ ਦੇਣਾ ਹੈ ਤਾਂ ਜੋ ਵਟਣਾ ਵੀ ਰਹਿ ਸਕੇ ਇਸ ਪੱਲੇ ਨੂੰ ਵੀ ਹਲਕਾ ਜਿਹਾ ਪਿੰਚ ਕਰਨਾ ਹੈ ਉੱਪਰੋਂ ਵੀ ਤੇ ਥੱਲੋਂ ਵੀ ਪਿੰਚ ਕਰਨਾ ਹੈ ਤੇ ਪੱਗ ਨੂੰ ਥੋੜਾ ਜਿਹਾ ਅੰਦਰ ਨੂੰ ਦਬਾ ਦੇਣਾ ਹੈ ਤਾਂ ਜੋ ਸਾਡੀ ਪੱਗ ਉੱਪਰ ਨੂੰ ਨਾ ਆ ਸਕੇ ਕਿਉਂਕਿ ਇਹ ਪਟਿਆਲਾ ਸ਼ਾਹੀ ਪੱਗ ਹੈ ਇਸ ਕਰਕੇ ਇਸ ਪੱਗ ਨੂੰ ਦਬਾਣਾ ਹੁੰਦਾ ਹੈ ਤੇ ਇਸ ਲੜ ਨੂੰ ਵੀ ਤੀਜੇ ਲੜ ਤੋਂ ਥੋੜਾ ਜਿਹਾ ਉੱਪਰ ਰੱਖਣਾ ਹੈ ਤੇ ਸਿਲਾਈ ਦੀ ਮਦਦ ਨਾਲ ਲੜ ਨੂੰ ਸਾਫ਼ ਕਰਨਾ ਹੈ ਤੇ ਡਿਸਟੈਂਸ ਨੂੰ ਬਿਲਕੁਲ ਸੇਮ ਕਰ ਦੇਣਾ ਹੈ ਲਾੜ ਨੂੰ ਪਿੱਛੋਂ ਤੱਕ ਸਾਫ਼ ਕਰਨਾ ਹੈ ਤਾਂ ਜੋ ਪੱਗ ਪੂਰੀ ਸਫਾਈ ਚ ਵੱਜ ਸਕੇ ਜਦੋਂ ਹੁਣ ਅਸੀਂ ਚੌਥਾ ਬਲਾ ਰੱਖ ਲੈਣਾ ਤਾਂ ਸਾਨੂੰ ਪੱਗ ਨੂੰ ਪੂੜਾ ਥੋੜਾ ਜਿਹਾ ਸ਼ੇਪ ਚ ਲੈਣਾ ਪਵੇਗਾ ਅਸੀਂ ਸਫਾਈ ਚ ਲੈਣ ਲਈ ਚੌਥੇ ਲਾੜ ਨੂੰ ਥੋੜਾ ਜਿਹਾ ਉੱਪਰ ਨੂੰ ਕਿਚਣਾ ਹੈ ਤਾਂ ਜੋ ਸਾਡੀ ਸ਼ੇਪ ਬਣ ਸਕੇ ਪਟਿਆਲਾ ਜਿਹੀ ਪੱਗ ਦੀ ਤੇ ਇਹ ਵੀ ਲਾੜ ਨੂੰ ਥੋੜਾ ਜਿਹਾ ਥੱਲੇ ਰੱਖਣਾ ਹੈ ਬੰਦ ਵਾਲਾ ਪਾਸਾ ਉੱਪਰ ਤੇ ਖੁੱਲਾ ਵਾਲਾ ਪਾਸਾ ਥੱਲੇ ਰੱਖਣਾ ਹੈ ਤੇ ਇਸ ਲੜ ਨੂੰ ਵੀ ਹਲਕਾ ਜਿਹਾ ਥਲੇ ਨੂੰ ਖਿਚਣਾ ਹੈ। ਇਸ ਲੜ ਵਿੱਚ ਅਸੀਂ ਪਿੰਨ ਲਗਾਵਾਂਗੇ ਤਾਂ ਜੋ ਸਾਡਾ ਇਹ ਲੜ ਥਲੇ ਨੂੰ ਨਾ ਖਿਸਕ ਸਕੇ ਕਿਉਂਕਿ ਇਹ ਲਾਸਟ ਲੜ ਹੈ ਇਸ ਕਰਕੇ ਇਹ ਕਈ ਵਾਰ ਥਲੇ ਨੂੰ ਖਿਸਕ ਜਾਂਦਾ ਹੈ ਤੇ ਥੋੜਾ ਜਿਹਾ ਕਪੜਾ ਕਪੜਾ ਐਡ ਕਰਾਂਗੇ ਕਿਉਂ ਕਿਸੇ ਵੇਲੇ ਡੰਗ ਪੈ ਜਾਂਦਾ ਹੁੰਦਾ ਹੈ ਇਸ ਕਰਕੇ ਅਸੀਂ ਕਪੜਾ ਐਡ ਕਰਦੇ ਹਾਂ। ਕਪੜਾ ਨੂੰ ਬਿਲਕੁਲ ਸਹੀ ਤਰੀਕੇ ਨਾਲ ਟਿਕਾ ਲੈਣਾ ਹੈ। ਜੇਕਰ ਤੁਹਾਡਾ ਡੰਗ ਨਹੀਂ ਪੈਂਦਾ ਤਾਂ ਤੁਸੀਂ ਇਹ ਕਪੜਾ ਨਾ ਅਪਲਾਈ ਕਰਿਓ। ਕਿਉਂਕਿ ਮੇਰੇ ਡੰਗ ਪੈਂਦਾ ਹੈ ਇਸ ਕਰਕੇ ਮੈਂ ਕਪੜਾ ਅਪਲਾਈ ਕਰਦਾ ਹਾਂ। ਤੇ ਇਸ ਪੱਲੇ ਨੂੰ ਵੀ ਹਲਕਾ ਜਿਹਾ ਪਿੰਚ ਕਰਨਾ ਹੈ ਥੱਲੇੋਂ ਪਿੰਚ ਕਰਨਾ ਹੈ ਉੱਪਰੋਂ ਵੀ ਪਿੰਚ ਕਰਨਾ ਹੈ ਤੇ ਪੂਰੀ ਸਫਾਈ ਨਾਲ ਪੰਜਵੇਂ ਲਾੜ ਨੂੰ ਵੀ ਬਿਲਕੁਲ ਸਹੀ ਤਰੀਕੇ ਨਾਲ ਲਗਾ ਦੇਣਾ ਹੈ ਇਸ ਲਾੜ ਨੂੰ ਪਿੱਛੋਂ ਤੱਕ ਸਾਫ਼ ਕਰਨਾ ਹੈ ਕਿਉਂਕਿ ਇਹ ਲਾਸਟ ਲਾੜ ਹੈ ਤੇ ਸिलाई ਦੀ ਮਦਦ ਨਾਲ ਬਾਅਦ ਵਿੱਚ ਇਸ ਲਾੜ ਨੂੰ ਵੀ ਐਸੀ ਸਾਫ਼ ਕਰਾਂਗੇ ਤੇ ਡਿਸਟੈਂਸ ਮੈਂਟੇਨ ਕਰਾਂਗੇ ਸ਼ੇਪ ਚ ਕਰਨ ਲਈ ਪੱਗ ਨੂੰ ਥੋੜਾ ਜਿਹਾ ਉੱਪਰ ਨੂੰ ਖਿੱਚਾਂਗੇ ਤਾਂ ਜੋ ਸਾਡੀ ਪਟੇਲਾ ਚਾਈ ਦੀ ਸ਼ੇਪ ਆ ਸਕੇ ਤੇ ਇਸ ਲਾਈ ਦੀ ਮਦਦ ਨਾਲ ਅਸੀਂ ਇਸ ਪੇਜ ਨੂੰ ਵੀ ਪੂਰਾ ਸਾਫ਼ ਕਰਾਂਗੇ। ਪੱਗ ਨੂੰ ਜੀ ਥੋੜਾ ਜਿਹਾ ਅੰਦਰ ਵੱਲ ਨੱਪਾਂਗੇ ਤਾਂ ਜੋ ਸਾਡੀ ਪੱਗ ਬਾਰ-ਬਾਰ ਨੂ ਨਾ ਸਕੇ। ਕਿਸੇ ਵੇਲੇ ਹੁੰਦਾ ਹੈ ਨਾ ਕਈਆਂ ਦੀ ਪੱਗ ਬਹੁਤ ਤਿੱਖੀ ਵੱਜਦੀ ਹੈ। ਇਹ ਜਿਹੜਾ ਆਪਾਂ ਦਬਾਨੇ ਹੈ ਨਾ ਪੱਗ ਨੂੰ ਇਹਦੇ ਨਾਲ ਸਾਡੀ ਪੱਗ ਬਿਲਕੁਲ ਤਿੱਖੀ ਨਹੀਂ ਵੱਜਦੀ। ਹੁਣ ਅਸੀਂ ਲਾਸਟ ਵਾਲਾ ਲੜ ਨੂੰ ਪੂਰੀ ਸਫਾਈ ਨਾਲ ਲੈ ਕੇ ਆਣਾ ਹੈ ਪਹਿਲਾਂ ਅਸੀਂ ਦੇਖ ਲੈਣਾ ਕਿ ਲੜ ਕਿੱਥੋਂ ਤੱਕ ਆਂਦਾ ਹੈ ਬਾਅਦ ਵਿੱਚ ਉੱਥੇ ਪਿੰਨ ਲਗਾ ਦੇਣੀ ਹੈ ਤਾਂ ਜੋ ਅਸੀਂ ਮੋੜ ਨਹੀਂ ਪਾ ਸਕੀਏ ਤੇ ਇਸ ਲੜ ਨੂੰ ਥੋੜਾ ਜਿਹਾ ਕਪੜਾ ਬਿਲਕੁਲ ਸੇ ਕਰ ਦੇਣਾ ਤਾਂ ਤਾਂ ਜੋ ਸਾਡੇ ਕੋਈ ਡੋਗ ਨਾ ਪੈ ਸਕੇ ਇੱਕ ਹੋਰ ਪਿੰਨ ਲਗਾਵਾਂਗੇ ਕਿਉਂਕਿ ਕਿਸੇ ਵੇਲੇ ਹੁੰਦਾ ਹੈ ਕਿ ਉਸ ਜਗ੍ਹਾ ਤੇ ਜਿੱਥੇ ਆਪਾਂ ਮੋਰ ਨਹੀਂ ਪਾਣੇ ਆ ਉੱਥੇ ਵੱਟ ਪੈ ਜਾਂਦੇ ਹਨ ਤਾਂ ਉਸ ਵੱਟ ਤੋਂ ਬਚਣ ਲਈ ਅਸੀਂ ਉੱਥੇ ਇੱਕ ਹੋਰ ਪਿੰਨ ਲਗਾਈ ਹੈ ਅਸੀਂ ਥਲੋਂ ਪੱਲੇ ਨੂੰ ਬਿਲਕੁਲ ਸਾਫ਼ ਕਰਕੇ ਬਾਅਦ ਵਿੱਚ ਉੱਪਰ ਲਾਸਟ ਵਾਲਾ ਲੜ ਲੱchnਾ ਹੈ ਜਿੱਥੇ ਅਸੀਂ ਮੋਰ ਨਹੀਂ ਪਾਣੀ ਹੈ ਦੇਖੋ ਮੇਰੇ ਡੂੰਘ ਭਰਿਆ ਸੀਗਾ ਇਸ ਕਰਕੇ ਮੈਂ ਕਪੜਾ ਅੰਦਰ ਨੂੰ ਫੋਲਡ ਕੀਤਾ ਤਾਂ ਜੋ ਮੇਰਾ ਡੂੰਘ ਭਰਿਆ ਜਾਵੇ ਤੇ ਇਸ ਬੱਲੇ ਨੂੰ ਪੂਰੀ ਸਫਾਈ ਨਾਲ ਰੱਖਣਾ ਹੈ ਤੇ ਇਸ ਬੱਲੇ ਤੇ ਆਪਾਂ ਹਲਕਾ ਜਿਹਾ ਪਾਣੀ ਲਗਾਣਾ ਹੈ ਇਹ ਤੁਸੀਂ ਵੀ ਪਾਣੀ ਅਪਲਾਈ ਕਰਨਾ ਹੈ ਕਿਉਂਕਿ ਕਿਸੇ ਵੇਲੇ ਹੁੰਦਾ ਹੈ ਕਿ ਪੱਗ ਉੱਪਰੋਂ ਖਿਸਕ ਜਾਂਦੀ ਹੈ ਲਾਸਟ ਲੜ ਉੱਪਰੋਂ ਖਿਸਕ ਜਾਂਦਾ ਹੈ ਇਸ ਕਰਕੇ ਅਸੀਂ ਇਸ ਨੂੰ ਪਾਣੀ ਲਗਾਣਾ ਹੈ ਤੇ ਪੇਚ ਨੂੰ ਪੂਰੀ ਸਫਾਈ ਨਾਲ ਰੱਖਿਆਣਾ ਤੇ ਹਲਕੇ ਹਲਕੇ ਵੱਟ ਪਾਦਨੇ ਹਨ ਕਿਉਂਕਿ ਲਾਸਟ ਲੜ ਤੇ ਜਿੱਥੇ ਆਪਾਂ ਮੋਹ ਨਹੀਂ ਪਾਣੀ ਹੁੰਦੀ ਹੈ ਉੱਥੇ ਵੱਟ ਚਾਹੀਦੇ ਹਨ ਤੇ ਅਸੀਂ ਇਹ ਮੋਰਨੀ ਪਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ ਪੇਚ ਨੂੰ ਅੰਦਰੋਂ ਹਲਕਾ ਜਿਹਾ ਮੋੜ ਕੇ ਤੇ ਪਿੰਨ ਉਪਰ ਰੱਖ ਦੇਣਾ ਇਸ ਨਾਲ ਮੋਰਨੀ ਬੜੀ ਆਸਾਨੀ ਨਾਲ ਪੈ ਜਾਂਦੀ ਹੈ ਹੁਣ ਅਸੀਂ ਮੋਰਨੀ ਦੇ ਕੱਪੜੇ ਨੂੰ ਪੂਰੀ ਤਰ੍ਹਾਂ ਖੋਲਣਾ ਹੈ ਤੇ ਬਾਹਰ ਜਿਹੇ ਉੱਪਰ ਪਿੰਨ ਲਗਾ ਦੇਣੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪਗ ਪੂਰੀ ਸ਼ੇਪ ਵਿੱਚ ਆ ਚੁੱਕੀ ਹੈ ਹੁਣ ਅਸੀਂ ਜਿਹੜੇ ਥੋੜੇ ਬੋਤੇ ਪੱਲੇ ਸਾਡੇ ਵੱਟ ਨੇ ਅਸੀਂ ਉਹ ਵੱਟ ਸਾਫ਼ ਕਰਾਂਗੇ ਤੇ ਪਿੱਛੋਂ ਜਿਹੜਾ ਪੇਚ ਹੈ ਉਸ ਨੂੰ ਉੱਪਰ ਨੂੰ ਖਿੱਚਾਂਗੇ ਤੇ ਪਿੱਛੋਂ ਜਿਹੜਾ ਹੈਗਾ ਕੱਪੜਾ ਇਸ ਨੂੰ ਪੂਰਾ ਖੋਲਾਂਗੇ ਤਾਂ ਜੋ ਸਾਡਾ ਉੱਪਰ ਵਾਲਾ ਹਿੱਸਾ ਪੂਰਾ ਟੱਕਿਆ ਜਾਵੇ ਅਸੀਂ ਪਰੋ ਕੱਪੜੇ ਨੂੰ ਪੂਰਾ ਖੋਲਾਂਗੇ ਤੇ ਆਪਣਾ ਸਿਰ ਨੂੰ ਪੂਰੇ ਚੰਗੀ ਤਰੀਕੇ ਨਾਲ ਟੱਕਾਂਗੇ ਜਦੋਂ ਸਾਡਾ ਸਿਰ ਪੂਰਾ ਟੱਕਿਆ ਜਾਵੇ ਤਾਂ ਪਿੱਛੋਂ ਪੱਲੇ ਨੂੰ ਹਲਕਾ ਜਿਹਾ ਥੱਲੇ ਨੂੰ ਖਿੱਚਣਾ ਹੈ ਤਾਂ ਜੋ ਸਾਡੇ ਉੱਪਰੋਂ ਵੀ ਪੂਰੀ ਸਫਾਈ ਆ ਸਕੇ ਤੇ ਆਪਣੀਆਂ ਉਂਗਲੀਆਂ ਨਾਲ ਹਲਕਾ-ਹਲਕਾ ਕੱਪੜੇ ਨੂੰ ਅੰਦਰ ਵਾਰ ਕਰਨਾ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਕੱਪੜਾ ਅੰਦਰ ਵਾਰ ਨਹੀਂ ਹੋਇਆ ਤਾਂ ਤੁਸੀਂ ਸਲਾਈ ਦੀ ਵੀ ਮਦਦ ਲੈ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪਗ ਪੂਰੀ ਸ਼ੇਪ ਚ ਆਇਆ ਤੇ ਅਸੀਂ ਹਲਕੇ-ਹਲਕੇ ਆਪਣੀਆਂ ਉਂਗਲਾਂ ਨਾਲ ਪਗ ਨੂੰ ਥੋੜਾ ਹੋਰ ਸ਼ੇਪ ਦਿਲਾਵਾਂਗੇ ਤੇ ਪਿੱਛੋਂ ਅਸੀਂ ਆਪਣੇ ਪੱਲੇ ਨੂੰ ਅੰਦਰ ਵੱਰ ਕਰਕੇ ਪੱਗ ਨੂੰ ਪੂਰਾ ਸਹੀ ਤਰੀਕੇ ਨਾਲ ਪੂਰਾ ਬੰਨ ਲਵਾਂਗੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪੱਗ ਪੂਰੀ ਸ਼ੇਪ ਵਿੱਚ ਆ ਚੁੱਕੀ ਹੈ ਅਸੀਂ ਸਲਾਈ ਦੀ ਮਦਦ ਨਾਲ ਆਪਣੇ ਲੜਾ ਨੂੰ ਹੋਰ ਸਾਫ਼ ਕਰ ਲਵਾਂਗੇ ਜਿੱਥੇ ਜ਼ਰੂਰਤ ਹੈ ਉੱਤੇ ਸਲਾਈ ਨਾਲ ਆਪਣੇ ਲੜ ਸਹੀ ਕਰ ਲਵਾਂਗੇ ਪੱਗ ਦੇ ਪਿਛਲੇ ਬਾਰ ਵਾਲੇ ਲੜਾ ਨੂੰ ਸਾਫ਼ ਕਰਨ ਲਈ ਕਿਸੇ ਸ਼ੀਸ਼ੇ ਸ਼ੀਸ਼ੇ ਦਾ ਪ੍ਰਯੋਗ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਆਪਣੇ ਲੜ ਸਾਫ਼ ਕਰ ਰਿਹਾ ਹਾਂ ਸਲਾਈ ਨਾਲ ਤੁਸੀਂ ਵੀ ਉਸੇ ਤਰ੍ਹਾਂ ਆਪਣੇ ਲੜਾ ਨੂੰ ਸਾਫ਼ ਕਰ ਸਕਦੇ ਹੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਐਦਾਂ ਦੀ ਹੋਰ ਪੱਗ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਨੋਟੀਫਿਕੇਸ਼ਨ ਆਲ ਤੇ ਕਰ ਲਵੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ